ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪੀ ਖਾਲਸਾ ਸਾਧ ਸੰਗਤ ਦੇਸ ਵਿਦੇਸ਼ ਅੰਦਰ ਜੋ ਵੀ ਅਕਾਲ ਚੈਨਲ ਨੂੰ ਦੇਖ ਰਹੇ ਹਨ, ਉਹਨਾਂ ਸਮੂਹ ਸੰਗਤਾਂ ਨੂੰ ਸਨਿਵਰ ਬੇਨਤੀ ਹੈ ਕਿ ਜੋ ਸੀਰੀਆ ਅੰਦਰ ਜੋ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਇਜ਼ਰਾਈਲ ਵੱਲੋਂ ਹੋਰ ਦੇਸ਼ਾਂ ਵੱਲੋਂ ਆਪਸੀ ਲੜਾਈ ਚੱਲ ਰਹੀ ਹੈ, ਜਿਹਦੇ ਵਿੱਚ ਆਮ ਇਨਸਾਨ, ਆਮ ਜਨਤਾ ਜਿਹੜੀ ਹੈ ਉਹ ਬੰਬਾਂ ਦਾ ਸ਼ਿਕਾਰ ਹੋ ਰਹੀ ਹੈ, ਜਿਹਦੇ ਵਿੱਚ ਹਜ਼ਾਰਾਂ ਬੱਚੇ, ਬੀਬੀਆਂ, ਬਜ਼ੁਰਗ ਬੇਘਰ ਹੋ ਚੁੱਕੇ ਹਨ। ਔਰ ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਜੀਵਨ ਦਾ ਵੀ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਔਰ ਉਹਨਾਂ ਬੱਚਿਆਂ ਲਈ ਇਨਸਾਨੀਅਤ ਨੂੰ ਦੇਖਦਿਆਂ ਹੋਇਆਂ ਅਕਾਲ ਚੈਨਲ ਦੇ ਜੋ MD ਹਨ ਭਾਈ ਅਮਰੀਕ ਸਿੰਘ ਜੀ ਕੂੰਦਰ, ਉਹਨਾਂ ਦੀ ਸਮੂਹ ਅਕਾਲ ਚੈਨਲ ਦੀ ਟੀਮ ਸੋ ਸੀਰੀਆ ਅੰਦਰ ਪਹੁੰਚ ਚੁੱਕੇ ਹਨ, ਜਿੱਥੇ ਉਹਨਾਂ ਜੋ ਰਿਫਿਊਜੀ ਕੈਂਪਾਂ ਵਿੱਚ ਆ ਕੇ ਜੋ ਲੋਕ, ਬੱਚੇ, ਬੀਬੀਆਂ ਆਏ ਹਨ, ਉਹਨਾਂ ਦੀ ਮੈਡੀਸਨ ਰਾਹੀਂ, ਕੱਪੜੇ ਰਾਹੀਂ, ਰੋਟੀ ਰਾਹੀਂ, ਰਿਹਾਇਸ਼ ਰਾਹੀਂ ਜਿਹੜੀ ਮਦਦ ਕਰ ਰਹੇ ਹਨ, ਜੋ ਬਹੁਤ ਵੱਡੀ ਸੇਵਾ ਹੈ। ਕਿਉਂਕਿ ਗਰੀਬ ਨਿਵਾਸ ਸਤਿਗੁਰੂ ਜੀ ਨੇ ਇਹੋ ਹੀ ਪੰਥ ਨੂੰ, ਇਸ ਕੌਮ ਨੂੰ ਸਿਖਾਇਆ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਸਮੇਂ ਸਮੇਂ ਇਹ ਪੰਥ, ਚਾਹੇ ਕਿ ਆਪ ਜੰਗਲਾਂ ਵਿੱਚ ਵੀ ਇਹ ਵਿਚਰਦਾ ਰਿਹਾ, ਮੁਸ਼ਕਲਾਂ ਵਿੱਚ ਵੀ ਰਿਹਾ, ਪਰ ਇਸ ਨੇ ਬਿਨਾਂ ਭੇਦ ਭਾਵ ਤੋਂ, ਕਿਸੇ ਵੀ ਜਾਤ ਪਾਤ ਤੋਂ ਉੱਚੇ ਹੋ ਕੇ ਪੰਥ ਦੀ ਔਰ ਦੇਸ਼ ਦੀ ਸੇਵਾ ਨਿਭਾਉਂਦਾ ਰਿਹਾ ਹੈ। ਅੱਜ ਵੀ ਜਿੱਥੇ ਕਿ ਬਹੁਤ ਜੀਵਨ ਦਾ ਵੀ ਖਤਰਾ ਹੈ, ਉੱਥੇ ਅਕਾਲ ਚੈਨਲ ਦੀ ਸਮੂਹ ਟੀਮ ਪਹੁੰਚ ਚੁੱਕੀ ਹੈ। ਔਰ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਵੀ ਐਸ ਵਿੱਚ ਸਹਾਰਾ ਨਜ਼ਰ ਨਹੀਂ ਆਉਂਦਾ, ਮਦਦ ਕੀਤੀ ਜਾ ਰਹੀ ਹੈ। ਔਰ ਉਹਦੇ ਵਿੱਚ ਸਾਡਾ ਇੱਕ ਫਰਜ਼ ਬਣ ਜਾਂਦਾ ਹੈ ਇਨਸਾਨੀਅਤ ਤੌਰ 'ਤੇ ਕਿ ਇਹਨਾਂ ਅਕਾਲ ਚੈਨਲ ਦੇ ਸਮੂਹ ਵੀਰਾਂ ਦੀ, ਇਹਨਾਂ ਟੀਮ ਦੀ ਮਦਦ ਕੀਤੀ ਜਾਏ। ਅਸੀਂ ਜਿੱਥੇ ਹੋਰ ਕਈ ਤਰ੍ਹਾਂ ਦੀਆਂ ਫਜ਼ੂਲ ਖਰਚੀਆਂ ਕਰਦੇ ਹਾਂ, ਵਿਆਹਾਂ ਸ਼ਾਦੀਆਂ 'ਤੇ ਮਰਗਾਂ 'ਤੇ ਸ਼ਰਾਬਾਂ ਪਿਆਈਆਂ ਜਾ ਰਹੀਆਂ ਹਨ, ਭੰਗੜੇ ਪਾਏ ਜਾ ਰਹੇ ਹਨ, ਤਾਂ ਅਸੀਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਜਾਂ ਉਹਨਾਂ ਫਜ਼ੂਲ ਖਰਚੀਆਂ ਨੂੰ ਘਟਾ ਕੇ ਉਹਨਾਂ ਗਰੀਬਾਂ ਅਨਾਥਾਂ ਦੀ ਸੇਵਾ ਕਰੀਏ। ਸੋ ਮੈਂ ਸਤਿਗੁਰੂ ਰਾਮਦਾਸ ਦੇ ਸੇਵਕ ਹੋਣ ਦੇ ਨਾਤੇ ਇਹਨਾਂ ਵੀਰਾਂ ਨੂੰ ਬਹੁਤ ਵਧਾਈ ਦਿੰਦਾ ਇਸ ਕੰਮ ਦੀ, ਜੋ ਆਪਣੇ ਜੀਵਨ ਨੂੰ ਖਤਰੇ 'ਚ ਪਾ ਕੇ ਔਰ ਗੁਰੂ ਘਰ ਦੀ ਸਿਧਾਂਤ ਮੁਤਾਬਕ, ਪਾਤਸ਼ਾਹ ਦੇ ਸਿਧਾਂਤ ਮੁਤਾਬਕ ਉੱਥੇ ਪਹੁੰਚ ਕੇ ਉਹ ਸੇਵਾ ਨਿਭਾ ਰਹੇ ਹੈ। ਮਹਾਰਾਜ ਇਹਨਾਂ ਨੂੰ ਬਲ ਬਖਸ਼ੇ, ਤੰਦਰੁਸਤੀ ਬਖਸ਼ੇ ਔਰ ਆਪ ਰੱਖਿਆ ਕਰਨ। ਔਰ ਇਸ ਸੇਵਾ ਨਾਲ ਜਿੱਥੇ ਇਸ ਪੰਥ ਦਾ ਨਾਮ ਉੱਚਾ ਹੁੰਦਾ ਹੈ ਔਰ ਉਹ ਪੰਥ ਨੂੰ ਮਾਣ ਮਿਲਦਾ ਹੈ। ਸੋ ਮੇਰੀ ਅਰਦਾਸ ਹੈ ਗੁਰੂ ਚਰਨਾਂ ਵਿੱਚ, ਗੁਰੂ ਰਾਮਦਾਸ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਸੋ ਅਕਾਲ ਚੈਨਲ ਦੀ ਇਸ ਸਮੂਹ ਟੀਮ ਨੂੰ ਮਾਲਕ ਬਲ ਦੇਣ, ਬਖਸ਼ਿਸ਼ ਕਰਨ, ਤਾਂ ਕਿ ਉਹਨਾਂ ਵੀਰਾਂ ਦੀ ਵੱਧ ਤੋਂ ਸੇਵਾ ਨਿਭਾ ਸਕਣ। ਔਰ ਉਹਦੇ ਨਾਲ ਹੀ ਜੋ ਵੀ ਦੇਸ਼ ਵਿਦੇਸ਼ ਸੰਗਤਾਂ ਵੱਸਦੀਆਂ ਹਨ, ਰਹਿੰਦੀਆਂ ਹਨ, ਔਰ ਇਹਨਾਂ ਵੀਰਾਂ ਦੀ ਹਰ ਪੱਖ ਤੋਂ ਜਿਸ ਢੰਗ ਨਾਲ ਵੀ ਕੋਈ ਸੇਵਾ ਨਿਭਾ ਸਕਦਾ ਹੈ, ਔਰ ਮਾਲੀ ਤੌਰ 'ਤੇ, ਹੋਰ ਜਿਸ ਢੰਗ ਨਾਲ ਕੋਈ ਮੈਡੀਸਨ ਤੌਰ 'ਤੇ, ਕੱਪੜੇ ਦੇ ਤੌਰ 'ਤੇ, ਇਸੇ ਤਰ੍ਹਾਂ ਹੀ ਸੋ ਖਾਣ ਪੀਣ ਦੇ ਸਮਾਨ ਦੇ ਤੌਰ 'ਤੇ ਸੇਵਾ ਨਿਭਾਉਣ, ਔਰ ਇਹਦੇ ਨਾਲ ਸਾਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਮਾਲਕ ਕਿਰਪਾ ਕਰੇ ਇਹਨਾਂ ਨੂੰ ਇਸ ਮਿਸ਼ਨ 'ਚ ਸਫਲਤਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।